प्यारे दोस्तों, प्यार भरी सत श्रीकाल जी। आज दी वीडियो दे विच गल करांगे पंजाब सिविल सकत्तर दे मुलाजमान दे वल्लों अज रोस मुजाहरा जिहड़ा क्यों नहीं कीता गया और उन्हां दीआं की मंगां ने और इस दे उपर पंजाब सरकार दे वल्लों विचार जिहड़ा क्यों नहीं कीता जा रहा। दोस्तों, अज दी वीडियो दे विच इसे बारे गल करदे आं और इस तों पहलां तुहानूं जानकारी दे दईए कि इस तों पहलां पंजाब दीआं बहुत सारे जथेबंदियां ने जिहड़ियां लगातार संघर्ष कर रहीआं ने। PSMSU दे वल्लों लगातार जिहड़ा संघर्ष कीता जा रहा है, उन्हां दे वल्लों जिहड़ा अपना संघर्ष प्रोग्राम है 28 नवंबर तक जिहड़ा एक्सटेंड कर लिया गया है। हुण इसे दे विचाले 24 नवंबर नूं पंजाब सिविल सकत्तर विखे बहुत सारे मुलाजम जिहड़े ने इकट्ठे होए वख-वख जथेबंदियां दे वल्लों जिहड़ा इह रोस मुजाहरा जिहड़ा अज कीता गया है। उन्हां दी मुख मंग है कि पंजाब सरकार दे वल्लों पंजाब दे मुलाजमां दीआं 4-4% दीआं 3 जिहड़ियां DA दीआं किश्तां ने जो कि बकायदा उहनूं सरकार मुलाजमां नूं नहीं दे रही। जुलाई 2023 ਦੇ ਵਿੱਚ 4-4% ਦੀਆਂ 3 ਕਿਸ਼ਤਾਂ ਨੇ ਜੋ ਸਰਕਾਰ ਦੇ ਵੱਲੋਂ ਨਹੀਂ ਦਿੱਤੀਆਂ ਗਈਆਂ, ਜਿਸ ਦੀ ਮੰਗ ਜਿਹੜੀ ਹੈ ਲਗਾਤਾਰ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਹੁਣ ਪੰਜਾਬ ਸਿਵਲ ਸਕੱਤਰ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਹੈ ਇਹ ਇੱਕ ਮੰਗ ਹੈ ਜਿਹੜੀ ਹੈ ਜ਼ੋਰੋ ਸ਼ੋਰੋ ਨਾਲ ਤਰੀਕੇ ਨਾਲ ਰੱਖੀ ਗਈ ਹੈ ਔਰ ਪੰਜਾਬ ਸਿਵਲ ਸਕੱਤਰ ਵਿਖੇ ਜਿਹੜਾ ਹੈ ਰੋਸ ਮੁਜ਼ਾਹਰਾ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਹੈ। ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਰਸ ਦੀਆਂ ਉਹਨਾਂ ਦੀਆਂ ਪੈਂਡਿੰਗ DA ਦੀਆਂ ਕਿਸ਼ਤਾਂ ਜਿਹੜੀਆਂ ਕਿਸ਼ਤਾਂ ਨੇ ਉਹ ਤੁਰੰਤ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਣ। ਇਸ ਤੋਂ ਇਲਾਵਾ ਦੋਸਤੋ, ਪੁਰਾਣੀ ਪੈਨਸ਼ਨ ਦੀ ਮੰਗ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੇ ਕਮਿਸ਼ਨ ਦਾ ਜਿਹੜਾ ਹੈ ਏਰੀਆ ਹੈ ACP ਹੈ ਜਿਹੜੀ ਬੰਦ ਹੈ, ਉਹ ਵੀ ਜਿਹੜੀ ਕਿ ਬਹਾਲ ਕੀਤੀ ਜਾਵੇ। ਜਿਹੜੇ ਬਹੁਤ ਸਾਰੇ ਭੱਤੇ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ। ਸੋ ਇਸ ਨੂੰ ਲੈ ਕੇ ਇੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਜਿਹੜਾ ਅੱਜ ਸਿਵਲ ਸਕੱਤਰ ਦੇ ਗਲਾਰਿਆਂ ਦੇ ਵਿੱਚ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਦੋਸਤੋ, ਸਿਵਲ ਸਕੱਤਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਰਕਾਰ ਫਿਰ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ 28 ਨਵੰਬਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਜਿਹੜਾ ਕਿ ਰੋਸ ਜਿਹੜਾ ਕਿ ਜ਼ੋਰੋ ਸ਼ੋਰੋ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸਰਕਾਰ ਵਿਰੁੱਧ ਔਰ ਆਪਣੀਆਂ ਮੰਗਾਂ ਜਿਹੜੀਆਂ ਨੇ ਰੱਖੀਆਂ ਜਾਣਗੀਆਂ। ਸੋ ਦੇਖਣਾ ਹੋਵੇਗਾ ਇਸ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਜਿਹੜਾ ਹੈ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਪੈਂਡਿੰਗ DA ਦੀਆਂ ਕਿਸ਼ਤਾਂ ਜਾਂ ਹੋਰ ਬਾਕੀ ਮੰਗਾਂ ਉਹਨਾਂ ਨੂੰ ਪੂਰਾ ਕਰਦੀ ਹੈ ਜਾਂ ਫਿਰ ਨਹੀਂ। ਸੋ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਅਪਡੇਟ ਵਧੀਆ ਲੱਗੀ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ 'ਤੇ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ, ਚੈਨਲ ਸਬਸਕ੍ਰਾਈਬ ਕਰਕੇ ਧੰਨਵਾਦ ਜੀ।